ਬਰਗਰ ਕਿੰਗ ਕਤਲਕਾਂਡ ਦੇ ਵਿੱਚ ਹੁਣ ਇੱਕ ਵੱਡਾ ਖੁਲਾਸਾ ਹੋਇਆ। ਦੱਸ ਦਈਏ ਕਿ ਦਿੱਲੀ ਬਰਗਰ ਕਿੰਗ ਕਤਲਕਾਂਡ ਦੇ ਵਿੱਚ ਲੇਡੀ ਗੈਂਗਸਟਰ ਮਾਸਟਰਮਾਈਂਡ ਦੱਸੀ ਜਾ ਰਹੀ ਹੈ। ਤਾਂ ਲੇਡੀ ਗੈਂਗਸਟਰ ਅਨੂ ਨੇ ਇਹ ਕਤਲ ਦੀ ਸਾਰੀ ਪਲੈਨਿੰਗ ਰਚੀ ਸੀ। ਹਿਮਾਂਸ਼ੂ ਭਾਊ ਗੈਂਗ ਨਾਲ ਜੁੜੀ ਹੋਈ ਇਹ ਲੇਡੀ ਗੈਂਗਸਟਰ ਦੱਸੀ ਜਾ ਰਹੀ ਹੈ। ਤਾਂ ਹਰਿਆਣਾ ਦੇ ਰੋਹਤਕ ਦੀ ਰਹਿਣ ਵਾਲੀ ਇਹ ਗੈਂਗਸਟਰ ਅਨੂ ਦੱਸੀ ਜਾ ਰਹੀ ਹੈ 6 ਮਹੀਨੇ ਪਹਿਲਾਂ ਹੀ ਸੋਸ਼ਲ ਮੀਡੀਆ ਰਾਹੀਂ ਹਿਮਾਂਸ਼ੂ ਭਾਊ ਗਰੁੱਪ ਦੇ ਨਾਲ ਇਹ ਜੁੜੀ ਸੀ। ਤਾਂ ਆਸ਼ੀਸ਼ ਕਾਲੂ ਵਿੱਕੀ ਰਿਡਾਨਾ ਦੀ ਵਾਰਦਾਤ 'ਚ ਵੀ ਸ਼ਾਮਲ ਸੀ ਅਨੂ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜੋ ਬੀਤੇ ਦਿਨਾਂ ਦਿੱਲੀ ਦੇ ਰਾਜੌਰੀ ਦੇ ਵਿੱਚ ਬਰਗਰ ਕਿੰਗ ਦੇ ਵਿੱਚ ਇੱਕ ਲੜਕੇ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਤਾਂ ਉਸ ਕਤਲ ਦੇ ਮਾਮਲੇ ਦੇ ਵਿੱਚ ਇਹ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਦਿੱਲੀ ਬਰਗਰ ਕਿੰਗ ਕਤਲਕਾਂਡ ਦੇ ਵਿੱਚ ਲੇਡੀ ਗੈਂਗਸਟਰ ਮਾਸਟਰਮਾਈਂਡ ਦੱਸੀ ਜਾ ਰਹੀ ਹੈ। ਤਾਂ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਦੇ ਵਿੱਚ ਇਹ ਦਿਲ ਦਹਿਲਾ ਦੇਣ ਵਾਲੀ ਹੱਤਿਆ ਦੀ ਵਾਰਦਾਤ ਵਾਪਰੀ ਸੀ। ਕਾਤਲਾਂ ਨੇ ਬਰਗਰ ਕਿੰਗ ਰੈਸਟੋਰੈਂਟ 'ਚ ਬੈਠੇ ਵਿਅਕਤੀ 'ਤੇ ਗੋਲੀਆਂ ਚਲਾਈਆਂ। ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਤਲ ਦੇ ਕੁਝ ਘੰਟਿਆਂ ਬਾਅਦ ਹਿਮਾਂਸ਼ੂ ਭਾਊ ਅਤੇ ਨਵੀਨ ਬਾਲੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਉਹਨਾਂ ਨੇ ਆਪਣੇ ਦੋਸਤ ਸ਼ਕਤੀ ਦਾਦਾ ਦੇ ਕਤਲ ਦਾ ਬਦਲਾ ਲਿਆ। ਦੱਸ ਦਈਏ ਕਿ ਹਿਮਾਂਸ਼ੂ ਭਾਊ ਵਿਦੇਸ਼ ਵਿੱਚ ਲੁਕਿਆ ਹੋਇਆ ਅਤੇ ਇਸ ਸਮੇਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਵਿਰਾੜ ਗੈਂਗ ਦਾ ਵਿਰੋਧੀ ਗੈਂਗ ਹੈ। ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਿਕ ਰਾਜੌਰੀ ਗਾਰਡਨ ਗੋਲੀਕਾਂਡ 'ਚ ਮ੍ਰਿਤਕ ਦੀ ਪਛਾਣ ਅਮਨ ਨਾਂ ਦੇ ਵਿਅਕਤੀ ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਅਮਨ ਅਸ਼ੋਕ ਪ੍ਰਧਾਨ ਗੈਂਗ ਨਾਲ ਸੰਬੰਧਿਤ ਦੱਸਿਆ ਜਾ ਰਿਹਾ। ਸੂਤਰਾਂ ਮੁਤਾਬਿਕ ਅਮਨ ਤੇ ਅਕਤੂਬਰ 2020 'ਚ ਨੀਰਜ ਬਵਾਨਾ ਤੇ ਰਿਸ਼ਤੇਦਾਰ ਸ਼ਕਤੀ ਦਾਦਾ ਦੇ ਕਤਲ ਦੀ ਸੂਚਨਾ ਦੇਣ ਦਾ ਦੋਸ਼ ਸੀ। ਘਟਨਾ ਸਮੇਂ ਮ੍ਰਿਤਕ ਦੇ ਨਾਲ ਇੱਕ ਜਾਣਕਾਰ ਔਰਤ ਵੀ ਮੌਜੂਦ ਸੀ। ਤਾਂ ਜਾਂਚ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਅਮਨ ਨੂੰ ਬਰਗਰ ਕਿੰਗ ਦੇ ਵਿੱਚ ਲਿਜਾਇਆ ਜਾਂਦਾ ਹੈ। ਮੌਕੇ ਤੋਂ ਲਾਪਤਾ ਲੜਕੀ ਤੇ ਸਾਜ਼ਿਸ਼ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਸੀ। ਤਾਂ ਦੱਸ ਦਈਏ ਕਿ ਹੁਣ ਉਹ ਸਾਜ਼ਿਸ਼ ਕਿਤੇ ਨਾ ਕਿਤੇ ਸਹੀ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ। ਲੜਕੀ ਦਾ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਸਦੀ ਹਰਿਆਣਾ 'ਚ ਪਛਾਣ ਹੋ ਚੁੱਕੀ ਹੈ। ਉਸਦੀ ਭਾਲ ਜਾਰੀ ਹੈ। ਮੰਗਲਵਾਰ ਰਾਤ ਕਰੀਬ 9:30 ਵਜੇ ਹਮਲਾਵਰ ਬਰਗਰ ਕਿੰਗ ਆਊਟਲੈਟ 'ਚ ਦਾਖਲ ਹੋਏ ਅਤੇ ਇੱਕ ਵਿਅਕਤੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੂਤਰਾਂ ਮੁਤਾਬਿਕ ਮੌਕੇ 'ਤੇ ਘੱਟੋ ਘੱਟ 10 ਤੋਂ 15 ਰਾਊਂਡ ਫਾਇਰ ਕੀਤੇ ਗਏ। ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਹੁਣ ਕਿਹਾ ਜਾ ਰਿਹਾ ਕਿ ਇਸ ਕਤਲ 'ਚ ਹਿਮਾਂਸ਼ੂ ਭਾਊ ਗੈਂਗ ਦਾ ਹੱਥ ਦੱਸਿਆ ਜਾ ਰਿਹਾ, ਜਿਸਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਾਅਵਾ ਵੀ ਕਰ ਦਿੱਤਾ ਹੈ। ਤਾਂ ਦੱਸ ਦਈਏ ਕਿ ਦਿੱਲੀ ਬਰਗਰ ਕਤਲ ਕਾਂਡ ਦੇ ਵਿੱਚ ਹੁਣ ਤੋਂ ਦੱਸ ਦਈਏ ਕਿ ਉਸਦੇ ਵਿੱਚ ਇੱਕ ਲੇਡੀ ਗੈਂਗਸਟਰ ਦੀ ਐਂਟਰੀ ਹੋਈ ਹੈ। ਕਿਹਾ ਜਾ ਰਿਹਾ ਕਿ ਇਹ ਉਹੀ ਲੇਡੀ ਗੈਂਗਸਟਰ ਹੈ ਜੋ ਅਮਨ ਨੂੰ ਆਪਣੇ ਨਾਲ ਇਸ ਬਰਗਰ ਕਿੰਗ ਦੇ ਵਿੱਚ ਲੈ ਕੇ ਗਈ ਸੀ। ਤਾਂ ਦੱਸ ਦਈਏ ਕਿ ਇਸ ਔਰਤ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਔਰਤ ਹੈ ਉਹ ਬਰਗਰ ਕਿੰਗ ਦੇ ਕਾਊਂਟਰ 'ਤੇ ਵੀ ਨਜ਼ਰ ਆ ਰਹੀ ਹੈ ਅਤੇ ਇਸ ਦੇ ਨਾਲ ਹੀ ਮੈਟਰੋ ਸਟੇਸ਼ਨ ਦੇ ਉੱਤੇ ਵੀ ਇਸਦੀ CCTV ਸਾਹਮਣੇ ਆਈ ਹੈ। ਬਰਗਰ ਕਿੰਗ ਕਤਲਕਾਂਡ ਦੇ ਵਿੱਚ ਹੁਣ ਇੱਕ ਵੱਡਾ ਖੁਲਾਸਾ ਹੋਇਆ। ਦੱਸ ਦਈਏ ਕਿ ਦਿੱਲੀ ਬਰਗਰ ਕਿੰਗ ਕਤਲਕਾਂਡ ਦੇ ਵਿੱਚ ਲੇਡੀ ਗੈਂਗਸਟਰ ਮਾਸਟਰਮਾਈਂਡ ਦੱਸੀ ਜਾ ਰਹੀ ਹੈ। ਤਾਂ ਲੇਡੀ ਗੈਂਗਸਟਰ ਅਨੂ ਨੇ ਇਹ ਕਤਲ ਦੀ ਸਾਰੀ ਪਲੈਨਿੰਗ ਰਚੀ ਸੀ। ਹਿਮਾਂਸ਼ੂ ਭਾਊ ਗੈਂਗ ਨਾਲ ਜੁੜੀ ਹੋਈ ਇਹ ਲੇਡੀ ਗੈਂਗਸਟਰ ਦੱਸੀ ਜਾ ਰਹੀ ਹੈ। ਤਾਂ ਹਰਿਆਣਾ ਦੇ ਰੋਹਤਕ ਦੀ ਰਹਿਣ ਵਾਲੀ ਇਹ ਗੈਂਗਸਟਰ ਅਨੂ ਦੱਸੀ ਜਾ ਰਹੀ ਹੈ 6 ਮਹੀਨੇ ਪਹਿਲਾਂ ਹੀ ਸੋਸ਼ਲ ਮੀਡੀਆ ਰਾਹੀਂ ਹਿਮਾਂਸ਼ੂ ਭਾਊ ਗਰੁੱਪ ਦੇ ਨਾਲ ਇਹ ਜੁੜੀ ਸੀ। ਤਾਂ ਆਸ਼ੀਸ਼ ਕਾਲੂ ਵਿੱਕੀ ਰਿਡਾਨਾ ਦੀ ਵਾਰਦਾਤ 'ਚ ਵੀ ਸ਼ਾਮਲ ਸੀ ਅਨੂ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜੋ ਬੀਤੇ ਦਿਨਾਂ ਦਿੱਲੀ ਦੇ ਰਾਜੌਰੀ ਦੇ ਵਿੱਚ ਬਰਗਰ ਕਿੰਗ ਦੇ ਵਿੱਚ ਇੱਕ ਲੜਕੇ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਤਾਂ ਉਸ ਕਤਲ ਦੇ ਮਾਮਲੇ ਦੇ ਵਿੱਚ ਇਹ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਦਿੱਲੀ ਬਰਗਰ ਕਿੰਗ ਕਤਲਕਾਂਡ ਦੇ ਵਿੱਚ ਲੇਡੀ ਗੈਂਗਸਟਰ ਮਾਸਟਰਮਾਈਂਡ ਦੱਸੀ ਜਾ ਰਹੀ ਹੈ। ਤਾਂ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਦੇ ਵਿੱਚ ਇਹ ਦਿਲ ਦਹਿਲਾ ਦੇਣ ਵਾਲੀ ਹੱਤਿਆ ਦੀ ਵਾਰਦਾਤ ਵਾਪਰੀ ਸੀ। ਕਾਤਲਾਂ ਨੇ
ਬਰਗਰ ਕਿੰਗ ਰੈਸਟੋਰੈਂਟ 'ਚ ਬੈਠੇ ਵਿਅਕਤੀ 'ਤੇ ਗੋਲੀਆਂ ਚਲਾਈਆਂ। ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਤਲ ਦੇ ਕੁਝ ਘੰਟਿਆਂ ਬਾਅਦ ਹਿਮਾਂਸ਼ੂ ਭਾਊ ਅਤੇ ਨਵੀਨ ਬਾਲੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਉਹਨਾਂ ਨੇ ਆਪਣੇ ਦੋਸਤ ਸ਼ਕਤੀ ਦਾਦਾ ਦੇ ਕਤਲ ਦਾ ਬਦਲਾ ਲਿਆ। ਦੱਸ ਦਈਏ ਕਿ ਹਿਮਾਂਸ਼ੂ ਭਾਊ ਵਿਦੇਸ਼ ਵਿੱਚ ਲੁਕਿਆ ਹੋਇਆ ਅਤੇ ਇਸ ਸਮੇਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦਾ ਵਿਰੋਧੀ ਗੈਂਗ ਹੈ। ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਿਕ ਰਾਜੌਰੀ ਗਾਰਡਨ ਗੋਲੀਕਾਂਡ 'ਚ ਮ੍ਰਿਤਕ ਦੀ ਪਛਾਣ ਅਮਨ ਨਾਂ ਦੇ ਵਿਅਕਤੀ ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਅਮਨ ਅਸ਼ੋਕ ਪ੍ਰਧਾਨ ਗੈਂਗ ਨਾਲ ਸੰਬੰਧਿਤ ਦੱਸਿਆ ਜਾ ਰਿਹਾ। ਸੂਤਰਾਂ ਮੁਤਾਬਿਕ ਅਮਨ ਤੇ ਅਕਤੂਬਰ 2020 'ਚ ਨੀਰਜ ਬਵਾਨਾ ਤੇ ਰਿਸ਼ਤੇਦਾਰ ਸ਼ਕਤੀ ਦਾਦਾ ਦੇ ਕਤਲ ਦੀ ਸੂਚਨਾ ਦੇਣ ਦਾ ਦੋਸ਼ ਸੀ। ਘਟਨਾ ਸਮੇਂ ਮ੍ਰਿਤਕ ਦੇ ਨਾਲ ਇੱਕ ਜਾਣਕਾਰ ਔਰਤ ਵੀ ਮੌਜੂਦ ਸੀ। ਤਾਂ ਜਾਂਚ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਅਮਨ ਨੂੰ ਬਰਗਰ ਕਿੰਗ ਦੇ ਵਿੱਚ ਲਿਜਾਇਆ ਜਾਂਦਾ ਹੈ। ਮੌਕੇ ਤੋਂ ਲਾਪਤਾ ਲੜਕੀ ਤੇ ਸਾਜ਼ਿਸ਼ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਸੀ। ਤਾਂ ਦੱਸ ਦਈਏ ਕਿ ਹੁਣ ਉਹ ਸਾਜ਼ਿਸ਼ ਕਿਤੇ ਨਾ ਕਿਤੇ ਸਹੀ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ। ਲੜਕੀ ਦਾ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਸਦੀ ਹਰਿਆਣਾ 'ਚ ਪਛਾਣ ਹੋ ਚੁੱਕੀ ਹੈ। ਉਸਦੀ ਭਾਲ ਜਾਰੀ ਹੈ। ਮੰਗਲਵਾਰ ਰਾਤ ਕਰੀਬ 9:30 ਵਜੇ ਹਮਲਾਵਰ ਬਰਗਰ ਕਿੰਗ ਆਊਟਲੈਟ 'ਚ ਦਾਖਲ ਹੋਏ ਅਤੇ ਇੱਕ ਵਿਅਕਤੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੂਤਰਾਂ ਮੁਤਾਬਿਕ ਮੌਕੇ 'ਤੇ ਘੱਟੋ ਘੱਟ 10 ਤੋਂ 15 ਰਾਊਂਡ ਫਾਇਰ ਕੀਤੇ ਗਏ। ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਹੁਣ ਕਿਹਾ ਜਾ ਰਿਹਾ ਕਿ ਇਸ ਕਤਲ 'ਚ ਹਿਮਾਂਸ਼ੂ ਭਾਊ ਗੈਂਗ ਦਾ ਹੱਥ ਦੱਸਿਆ ਜਾ ਰਿਹਾ, ਜਿਸ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਾਅਵਾ ਵੀ ਕਰ ਦਿੱਤਾ ਹੈ। ਤਾਂ ਦੱਸ ਦਈਏ ਕਿ ਦਿੱਲੀ ਬਰਗਰ ਕਤਲ ਕਾਂਡ ਦੇ ਵਿੱਚ ਹੁਣ ਤੋਂ ਦੱਸ ਦਈਏ ਕਿ ਉਸਦੇ ਵਿੱਚ ਇੱਕ ਲੇਡੀ ਗੈਂਗਸਟਰ ਦੀ ਐਂਟਰੀ ਹੋਈ ਹੈ। ਕਿਹਾ ਜਾ ਰਿਹਾ ਕਿ ਇਹ ਉਹੀ ਲੇਡੀ ਗੈਂਗਸਟਰ ਹੈ ਜੋ ਅਮਨ ਨੂੰ ਆਪਣੇ ਨਾਲ ਇਸ ਬਰਗਰ ਕਿੰਗ ਦੇ ਵਿੱਚ ਲੈ ਕੇ ਗਈ ਸੀ। ਤਾਂ ਦੱਸ ਦਈਏ ਕਿ ਇਸ ਔਰਤ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਔਰਤ ਹੈ ਉਹ ਬਰਗਰ ਕਿੰਗ ਦੇ ਕਾਊਂਟਰ 'ਤੇ ਵੀ ਨਜ਼ਰ ਆ ਰਹੀ ਹੈ ਅਤੇ ਇਸ ਦੇ ਨਾਲ ਹੀ ਮੈਟਰੋ ਸਟੇਸ਼ਨ ਦੇ ਉੱਤੇ ਵੀ ਇਸਦੀ CCTV ਸਾਹਮਣੇ ਆਈ ਹੈ।